हाँ जी, सत श्री अकाल जी सारिआं नूं। तुहाडा स्वागत है अज दी नवीं वीडियो विच। पहला तां सारे भैण भाईआं नूं दिवाली दीआं लख लख मुबारकां। महाराज सब दे घरीं दरीं सुखां भरिआ तिहार लिआवे। सच्चे पातशाह सारे भैण भाई खुशियां नाल दिवाली मनाउण। बच्चे भैण भाई सब ठीक है जी। हुण आपां लगे आं वीडियो शुरू करना। मैं कहा चलो नाले रोटी ला लैंदे आ। नाले मैनू एक रिक्वेस्ट आई हुई थी किसी माता दी। माता कहिंदी भी मेरी नूँह ते मेरे पुत विच हर दम कलेस रहिंदा है। कहिंदे भी हर दम छोटी छोटी गल ते एक दूए नूं समझ नहीं पाउंदे। बई तुसीं जरूर अपनी वीडियो राहीं दो गल्लां करो बई सानूं घर परिवार च किदां रहना चाहीदा। कहिंदे भी ਜਦੋਂ ਧੀ ਭੈਣ ਨਵੀਂ ਵਿਆਹ ਕੇ ਆਉਂਦੀ ਹੈ ਘਰ ਪਰਿਵਾਰ ਨੂੰ ਸਮਝਣ ਨੂੰ ਥੋੜ੍ਹਾ ਜਿਹਾ ਧੀ ਭੈਣ ਨੂੰ ਟਾਈਮ ਲੱਗਦਾ। ਸਹੁਰੇ ਘਰ ਨੂੰ ਮੁੰਡੇ ਨੂੰ ਵੀ ਕੁੜੀ ਪ੍ਰਤੀ ਸਮਝਣ ਨੂੰ ਟਾਈਮ ਲੱਗਦਾ। ਇੱਕ ਦੂਏ ਨੂੰ ਇੱਕ ਦੂਏ ਪ੍ਰਤੀ ਸਮਝਣ ਨੂੰ ਟਾਈਮ ਲੱਗਦਾ ਹੈ। ਕਹਿੰਦੇ ਵੀ ਮੇਰੇ ਨੂੰਹ ਪੁੱਤ ਨੂੰ ਤਾਂ ਮਾਤਾ ਕਹਿੰਦੀ ਵੀ ਵਿਆਹ ਹੋਇਆਂ ਨੂੰ ਘੱਟੋ ਘੱਟ ਵੀ 15-18 ਸਾਲ ਹੋ ਗਏ। ਦੇਖੋ ਜੀ 15-18 ਸਾਲ ਜਿਨ੍ਹਾਂ ਦੇ ਵਿਆਹ ਨੂੰ ਹੋ ਗਏ ਉਹ ਤਾਂ ਪੂਰੇ ਮਚਿਓਰ ਹੋਣਗੇ ਠੀਕ ਹੈ ਜੀ। ਆਪਾਂ ਹੁਣ ਗੱਲਬਾਤ ਕਰਦੇ ਹਾਂ। ਨਾਲੇ ਮੈਂ ਪੇੜੇ ਕੱਢ ਲਾਂ ਨਾਲੇ ਮੈਂ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ ਠੀਕ ਹੈ ਜੀ। ਇੱਕ ਗੱਲ ਹੋਰ ਹੈ, ਜਦੋਂ ਨਾ ਘਰ 'ਚ ਕਲੇਸ਼ ਹੋਵੇ ਮੈਂ ਤੁਹਾਨੂੰ ਦੱਸਦੀ ਹਾਂ। ਮੈਂ ਇਹ ਨਹੀਂ ਕਹਿੰਦੀ ਵੀ ਅਸੀਂ ਕਦੇ ਲੜੇ ਨਹੀਂ। ਜਦੋਂ ਮੈਂ ਫਿਰ ਕਹਿੰਦੀ ਹਾਂ ਵੀ ਜਦੋਂ ਨਵੀਂ ਸਮੇਂ ਧੀ ਭੈਣ ਆਉਂਦੀ ਹੈ ਬਹੁਤ ਗਲਤੀਆਂ ਵੀ ਹੋ ਜਾਂਦੀਆਂ ਨੇ, ਸਾਨੂੰ ਇੱਕ ਦੂਏ ਨੂੰ ਸਮਝਣ 'ਚ ਵੀ ਕਈ ਵਾਰ ਦੇਰ ਲੱਗ ਜਾਂਦੀ ਹੈ ਠੀਕ ਹੈ ਜੀ। ਕਈ ਵਾਰ ਮੈਂ ਤੁਹਾਨੂੰ ਇਹ ਦੱਸਦੀ ਹਾਂ, ਸਾਡੇ ਵਿਚਾਲੇ ਕੋਈ ਆ ਜਾਂਦਾ ਹੈ ਜਿਹੜਾ ਹਰਦਮ ਸਾਡੇ ਸਿੰਘ ਪਸਾ ਕੇ ਰੱਖਦਾ, ਮੁੰਡੇ ਨੂੰ ਕੁਝ ਹੋਰ ਕਹਿ ਦੇਣਾ, ਬਹੂ ਨੂੰ ਕੁਝ ਹੋਰ ਕਹਿ ਦੇਣਾ, ਇਹ ਵੀ ਬਹੁਤ ਘਰਾਂ 'ਚ ਚੱਲਦਾ ਹੈ। ਕਈ ਵਾਰ ਸਾਡੇ ਘਰ 'ਚ ਇਹੋ ਜਿਹਾ ਇਨਸਾਨ ਹੁੰਦਾ ਸਾਨੂੰ ਜਿਹੜਾ ਇਕੱਠੇ ਨਹੀਂ ਹੋਣ ਦਿੰਦਾ, ਕਈ ਵਾਰ ਸਾਡੇ ਕੋਈ ਸ਼ਰੀਕੇ 'ਚ ਹੁੰਦਾ ਜਿਹੜਾ ਸਾਨੂੰ ਇਕੱਠੇ ਨਹੀਂ ਹੋਣ ਦਿੰਦਾ, ਨਹੀਂ ਚੱਲਦਾ ਵੀ ਇਹ ਇਕੱਠੇ ਰਹਿਣ ਠੀਕ ਹੈ ਜੀ। ਹੁਣ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਇੱਕ ਮਿੰਟ ਮੈਂ ਪੇੜੇ ਇੱਧਰ ਸਾਹਮਣੇ ਹੀ ਕੱਢ ਲੈਂਦੀ ਹਾਂ। ਮੈਂ ਫਿਰ ਰੋਟੀਆਂ ਪਾਉਣੀਆਂ ਨਾਲੇ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ, ਕਿਉਂਕਿ ਜਦ ਮੈਂ ਇੱਧਰ ਨੂੰ ਘੁੰਮਦੀ ਹਾਂ ਮੇਰੀ ਪਿੱਠ ਹੋ ਜਾਂਦੀ ਹੈ। ਤਾਂ ਹੀ ਮੈਂ ਕਹਿੰਦੀ ਹਾਂ ਵੀ ਆਉਣੇ ਵਾਲੇ ਸਮੇਂ 'ਚ ਮੈਂ ਜਿਹੜੀ ਸਿਸਟਮ ਗੈਸ ਵਾਲਾ ਕਰਨਾ ਉਹ ਇੱਥੇ ਕਰਨਾ, ਮੇਜ਼ ਸਿਸਟਮ ਠੀਕ ਹੈ ਜੀ। ਚਿਮਨੀ ਇੱਥੇ ਟੰਗ ਹੋ ਜੂਗੀ ਪੱਖੇ ਵਾਲੀ ਜਗ੍ਹਾ, ਕਿਉਂਕਿ ਫਿਰ ਮੇਰਾ ਕੈਮਰਾ ਮੇਰਾ ਮੂੰਹ ਕੈਮਰੇ ਕਿੰਨੀ ਨੂੰ ਹੋ ਜੂਗਾ, ਇੱਥੇ ਖੜ ਕੇ ਫਿਰ ਮੈਂ ਰੋਟੀ ਰੂਟੀ ਦਾ ਕੰਮ ਕਰ ਸਕਦੀ ਹਾਂ ਠੀਕ ਹੈ ਜੀ। ਬਈ ਤੁਹਾਡੇ ਲਈ ਕਰਨਾ ਹੈ ਸਾਰਾ ਕੁਛ ਮੈਂ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਦੇਖੋ ਜੀ ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਹੈ ਇਹ ਪਤਾ ਨਹੀਂ ਆਪਾਂ ਕਿੰਨੇ ਜਨਮਾਂ ਦੇ ਵਿਛੜੇ ਇਕੱਠੇ ਹੋਏ ਹਾਂ ਠੀਕ ਹੈ ਜੀ। ਪਹਿਲੀ ਗੱਲ ਤਾਂ ਠੀਕ ਹੈ ਜੋ ਬਚਪਨੇ 'ਚ ਹੋ ਲਿਆ, ਪਰ ਜਦੋਂ ਹੁਣ 15-18 ਸਾਲ ਹੋ ਗਏ ਵਿਆਹ ਨੂੰ, ਹੁਣ ਤਾਂ ਪੂਰੀ ਮੈਚਿਓਰਟੀ ਹੋਣੀ ਹੈ ਦੋਹਾਂ ਜੀਆਂ 'ਚ। ਮਾਤਾ ਦੇ ਕਹਿਣ ਦੇ ਮੁਤਾਬਕ ਬਈ ਛੋਟੀਆਂ ਛੋਟੀਆਂ ਗੱਲਾਂ 'ਚ ਉਹਨਾਂ ਦੀ ਲੜਾਈ ਸ਼ੁਰੂ ਹੁੰਦੀ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਇੱਦਾਂ ਹੀ ਇੱਕ ਕਹਾਣੀ ਪੜ੍ਹੀ, ਕਹਿੰਦੇ ਮੀਆਂ ਬੀਬੀ ਦੇ ਵਿੱਚ ਰੋਜ਼ ਇੱਕ ਘਰ ਰੋਜ਼ ਕਲੇਸ਼ ਰਹਿੰਦਾ, ਤਾਂ ਪੂਰੇ ਭਾਂਡੇ ਖੜਕਣੇ, ਕੁੜੀ ਚਿੜੀ ਇੱਕ ਹੋਣੀ, ਜਾਣੀ ਪੂਰਾ ਉਹਨਾਂ ਨੇ ਕਾਟ ਕਟੀਲਾ ਪਾ ਕੇ ਰੱਖਣਾ ਆਪਣਾ। ਤਾਂ ਇੱਕ ਦਿਨ ਜਨਾਨੀ ਦੇ ਦਿਮਾਗ 'ਚ ਆਇਆ ਵੀ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਲੜੀ ਜਾਂਦੇ ਹਾਂ, ਸਾਡੇ ਗਵਾਂਢੀਆਂ ਦੇ ਘਰੋਂ ਕਦੇ ਲੜਾਈ ਦੀ ਆਵਾਜ਼ ਹੀ ਨਹੀਂ ਆਈ, ਰਹਿੰਦੇ ਤਾਂ ਉੱਥੇ ਵੀ ਮੀਆਂ ਬੀਬੀ ਨੇ, ਸਾਡੇ 'ਚ ਲੜਾਈ ਇੰਨੀ ਕਾਹਤੇ ਹੁੰਦੀ ਹੈ। ਕਹਿੰਦੇ ਭਾਈ ਉਹਨਾਂ ਨੇ ਰੋਜ਼ ਸੋਚਣਾ, ਉਹਨੇ ਆਪਣੇ ਘਰ ਵਾਲੇ ਨੂੰ ਕਿਹਾ, ਕਹਿੰਦੇ ਬਈ ਆਪਣੇ ਦੋਹਾਂ 'ਚ ਹਰ ਦਮ ਸਿੰਘ ਫਸੇ ਰਹਿੰਦੇ, ਆਪਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਲੜੀ ਜਾਂਦੇ, ਆਪਣੇ ਘਰ ਕਲੇਸ਼ ਦਾ ਕਾਰਨ ਕੀ ਹੈ। ਬਈ ਆਪਣੇ ਗੁਆਂਢੀਆਂ ਦੇ ਤਾਂ ਭਾਈ ਬੜੇ ਉਹ ਦੋਏ ਜੀ ਬੜੇ ਮਸਤ ਰਹਿੰਦੇ ਨੇ, ਬੜੇ ਖੁਸ਼ ਰਹਿੰਦੇ ਨੇ। ਕਹਿੰਦੇ ਇੱਕ ਦਿਨ ਕੁੜੀ ਦੇ ਦਿਮਾਗ ਨੇ ਕੰਮ ਕੀਤਾ, ਉਹ ਕੁੜੀ ਕਹਿੰਦੀ, ਚਲੋ ਮੈਂ ਪੇੜੇ ਫਿਰ ਕੱਢ ਲੂੰਗੀ, ਪਹਿਲਾਂ ਤੁਹਾਨੂੰ ਕਹਾਣੀ ਸੁਣਾ ਦਾਂ। ਉਹ ਕੁੜੀ ਕਹਿੰਦੀ ਜਿੱਦਾਂ ਆਪਣੀ ਘਰ ਇਕੱਠੇ ਹੁੰਦੇ ਹੈ, ਕੰਧ ਲੱਗਦੀ ਹੁੰਦੀ ਹੈ ਕਿਸੇ ਨਾਲ, ਕੋਈ ਰੋਸ਼ਨਦਾਨ ਵਗੈਰਾ ਹੁੰਦਾ, ਕਹਿੰਦੀ ਆਪਾਂ ਦੇਖਦੇ ਹਾਂ ਵੀ ਇਹਨਾਂ ਦੀ ਖੁਸ਼ੀ ਦਾ ਰਾਜ ਕੀ ਹੈ। ਤਾਂ ਦੋਹੇ ਜੀ ਇੱਕ ਰੋਸ਼ਨਦਾਨ ਰਾਹੀਂ ਉਹਨਾਂ ਨੂੰ ਮੀਆਂ ਬੀਬੀ ਨੂੰ ਦੇਖਣਾ ਸ਼ੁਰੂ ਕਰਤਾ ਉਹਨਾਂ ਨੇ।
ਬੜਾ ਉਹ ਆਪਣੀ ਮੌਜ ਮਸਤੀ 'ਚ ਕੰਮ ਕਰਦੇ ਫਿਰਦੇ ਆ। ਉਹ ਦੋਹੇ ਸੋਚਦੇ ਆ ਵੀ ਬੜੇ ਖੁਸ਼ ਨੇ, ਤਾਂ ਇਹੋ ਜਿਹਾ ਕੀ ਹੈ ਇਹਨਾਂ ਕੋਲ। ਭਾਈ ਕੀ ਹੋਇਆ, ਥੋੜ੍ਹੇ ਚਿਰ ਨੂੰ ਕੁੜੀ ਘਰ ਦੀਆਂ ਸਫਾਈਆਂ ਕਰਦੀ ਫਿਰਦੀ ਹੈ। ਜਦ ਕੁੜੀ ਘਰ ਦੀਆਂ ਸਫਾਈਆਂ ਕਰਦੀ ਫਿਰਦੀ ਹੈ ਤਾਂ ਕੁੜੀ ਨੇ ਸਾਰੀਆਂ ਚੀਜ਼ਾਂ ਸਾਫ਼ ਸੁਥਰੀਆਂ ਕਰਕੇ, ਪੋਚੇ ਲਾ ਕੇ, ਸਿੰਬਰ ਕੇ, ਸਾਰਾ ਕੁਛ ਟਿਕਾਣੇ ਟਿਕਾਣੇ ਰੱਖਤਾ। ਚਲੋ ਮੁੰਡਾ ਬੈਠਾ ਕਿਤੇ ਸੋਫੇ 'ਤੇ, ਉਹ ਜਦ ਸੋਫੇ 'ਤੇ ਬੈਠਾ, ਸੋਫੇ 'ਤੇ ਬੈਠੇ ਬੈਠੇ ਨੇ ਆਏ ਪਿੱਛੇ ਨੂੰ, ਜਿਵੇਂ ਆਪਾਂ ਸਿਰਹਾਣੇ ਕਿੰਨੀ ਨੂੰ ਹੱਥ ਕਰ ਲੈਂਦੇ ਹਾਂ, ਸੋਫੇ 'ਤੇ ਬੈਠੇ ਬੈਠੇ ਨੇ ਸਿਰ ਥੱਲੇ ਹੱਥ ਕਰ ਲਿਆ। ਉਹ ਹੱਥ ਕਰਿਆ ਹੋਇਆ ਪਿੱਛੇ ਪਿਆ ਤਾਂ ਇੱਕ ਗਮਲਾ, ਭਾਈ ਉਹ ਮੁੰਡੇ ਦੇ ਹੱਥ ਹੱਥ ਵੱਜ ਕੇ ਉਹ ਗਮਲਾ ਥੱਲੇ ਗਿਰ ਗਿਆ, ਗਿਰ ਕੇ ਫੁੱਟ ਗਿਆ। ਫੁੱਟਿਆ ਹੋਇਆ ਕਹਿੰਦੇ ਅਸੀਂ ਕਿਹਾ ਵੀ ਹੁਣ ਕਲੇਸ਼ ਪਊ ਇਹਨਾਂ 'ਚ, ਵੀ ਜਿਹੜਾ ਗਮਲਾ ਫੁੱਟ ਗਿਆ ਹੁਣ ਇਹਦੀ ਘਰਵਾਲੀ ਇਹਨੂੰ ਚਿੰਬੜੂਗੀ। ਭਾਈ ਮੁੰਡੇ ਨੇ ਕੀ ਕਰਿਆ, ਉੱਠਿਆ, ਜਿਹੜੇ ਗਮਲੇ ਦੇ ਟੁੱਟੇ ਹੋਏ ਟੁਕੜੇ 'ਤੇ ਉਹ ਮੁੰਡੇ ਨੇ ਚੱਕਣੇ ਸ਼ੁਰੂ ਕਰਤੇ, ਕਿਸੇ ਇੱਕ ਉੱਚ ਪਾਉਣ ਲੱਗ ਗਿਆ, ਕਿਸੇ ਭਾਂਡੇ 'ਚ ਲਾ ਲਓ, ਕਾਸੇ 'ਚ ਲਾ ਲਓ। ਤਾਂ ਕੁੜੀ ਆਈ, ਕੁੜੀ ਨੇ ਵੀ ਚੱਕਣੇ ਸ਼ੁਰੂ ਕਰਤੇ ਮੁੰਡੇ ਦੇ ਨਾਲੇ ਟੁਕੜੇ। ਉਹ ਮੁੰਡਾ ਕਹਿੰਦਾ ਵੀ ਯਾਰ ਸੌਰੀ, ਮੇਰੇ ਤੋਂ ਗਲਤੀ ਹੋ ਗਈ, ਕੁੜੀ ਨੂੰ ਕਹਿੰਦਾ, ਕਹਿੰਦਾ ਵੀ ਮੇਰੇ ਤੋਂ ਗਮਲਾ ਫੁੱਟ ਗਿਆ, ਵੀ ਤੂੰ ਹੁਣ ਸਫਾਈਆਂ ਕਰਕੇ ਹਟੀਆਂ। ਕੁੜੀ ਗਾਹਾਂ 'ਤੇ ਕਹਿੰਦੀ, ਕਹਿੰਦੀ ਨਹੀਂ ਜੀ, ਤੁਹਾਡੀ ਗਲਤੀ ਨਹੀਂ ਹੈਗੀ, ਕਹਿੰਦੀ ਇਹ ਸਾਰੀ ਗਲਤੀ ਮੇਰੀ ਹੈ, ਕਹਿੰਦੀ ਮੈਂ ਸਾਫ਼ ਕਰਕੇ ਗਮਲੇ ਨੂੰ ਉੱਥੇ ਰੱਖਤਾ, ਇਹਨੂੰ ਆਪਦੀ ਜਗ੍ਹਾ 'ਤੇ ਨਹੀਂ ਰੱਖਿਆ ਜਿੱਥੋਂ ਇਹ ਮੈਂ ਚੱਕਿਆ ਤਾ। ਦੋਹਾਂ ਨੇ ਇੱਕ ਦੂਏ ਨੂੰ ਸੌਰੀ ਕਹਿਤਾ, ਦੋਹਾਂ ਨੇ ਆਪਣੀ ਆਪਣੀ ਮੰਨ ਲਈ ਗਲਤੀ। ਉਹਨਾਂ ਨੇ ਦੋਹਾਂ ਮੀਆਂ ਬੀਬੀ ਨੇ ਸੋਚਿਆ, ਰੋਸ਼ਨਦਾਨ 'ਚ ਬੈਠੇ ਜਿਹੜੇ ਦੇਖਦੇ ਤੇ ਚੋਰੀ 'ਤੇ, ਉਹਨਾਂ ਨੂੰ ਬਈ ਅੱਛਾ ਇਹ ਰਾਜ ਹੈ ਇਹਨਾਂ ਦਾ, ਇਹ ਦੋਵੇਂ ਇੱਕ ਦੂਏ ਮੂਹਰੇ ਝੁਕਦੇ ਨੇ। ਉਹ ਮੀਆਂ ਬੀਬੀ ਨੂੰ ਦੋਹਾਂ ਨੂੰ ਗੱਲ ਸਮਝ ਆ ਗਈ, ਬਈ ਇਹ ਇੱਕ ਦੂਏ ਮੂਹਰੇ ਝੁਕਦੇ ਨੇ, ਇਹਨਾਂ ਨੇ ਆਪਣੀ ਆਪਣੀ ਗਲਤੀ ਮੰਨ ਲਈ। ਕੁੜੀ ਨੇ ਗਲਤੀ ਮੰਨ ਲਈ ਵੀ ਮੈਂ ਗਮਲਾ ਸਹੀ ਜਗ੍ਹਾ ਨਹੀਂ ਧਰਿਆ, ਮੁੰਡੇ ਨੇ ਗਲਤੀ ਮੰਨ ਲਈ ਯਾਰ ਸੌਰੀ ਮੇਰੇ ਤੋਂ ਗਮਲੇ ਪਰ ਹੱਥ ਵੱਜ ਕੇ ਗਮਲਾ ਫੁੱਟ ਗਿਆ। ਉਹ ਨਿਵੇ ਇੱਕ ਦੂਏ ਮੂਹਰੇ। ਸਾਡੇ ਬਹੁਤੇ ਘਰਾਂ 'ਚ ਜਿਹੜੀ ਮੀਆਂ ਬੀਬੀ ਦੀ ਲੜਾਈ ਹੈ ਇਸੇ ਗੱਲੋਂ ਹੋਈ ਜਾਂਦੀ ਹੈ, ਨਾ ਤਾਂ ਮੀਆਂ ਝੁਕੇ, ਉਹ ਕਹਿੰਦਾ ਹਮੇ ਨਹੀਂ, ਹਮੇ ਮਰਦਾ, ਔਰਤ ਮੂਹਰੇ ਨਹੀਂ ਝੁਕੇਂਗੇ। ਜਿਹੜੀ ਜਨਾਨੀ ਹੈ ਉਹ ਕਹਿੰਦੀ ਮੈਂ ਆਪਣੀ ਜਗ੍ਹਾ ਘਰ ਦੀ ਲਾਣੇਦਾਰ ਨਹੀਂ ਹਾਂ, ਮੈਂ ਵੀ ਆਦਮੀ ਮੂਹਰੇ ਝੁਕਣਾ ਨਹੀਂ ਹੈਗਾ। ਸਾਡੇ ਜਿਹੜੀ ਲੜਾਈ ਹੈ ਘਰਾਂ 'ਚ, ਬਹੁਤੀ ਆਕੜ ਕਾਰਨ ਸਾਡੇ ਘਰਾਂ 'ਚ ਲੜਾਈਆਂ ਹੁੰਦੀਆਂ ਨੇ। ਜੇ ਅਸੀਂ ਇੱਕ ਦੂਏ ਮੂਹਰੇ ਝੁਕ ਜਾਈਏ, ਮੈਂ ਕਹਿੰਦੀ ਹਾਂ ਸਮਝਦਾਰੀ ਹੁੰਦੀ ਹੈ। ਜੇ ਹੁਣ ਉਹ ਕੁੜੀ ਕਹਿੰਦੀ ਆਏ ਤਾਂ ਗਮਲਾ ਕਿਵੇਂ ਭੰਨਤਾ, ਮੈਂ ਤਾਂ ਆਏ ਕਰ ਦੂੰ, ਮੁੰਡਾ ਕਹਿੰਦਾ ਭੰਨਤਾ ਭੰਨਤਾ, ਅਸੀਂ ਤਾਂ ਮਰਾ ਖੜ ਕੇ ਉੱਥੇ ਹੀ ਉਹਨਾਂ ਦੇ ਸਿੰਘ ਫਸ ਜਾਣੇ ਤੇ, ਠੀਕ ਹੈ ਨਾ। ਇਹ ਇੱਕੋ ਗੱਲ ਨੂੰ ਦੋ ਰੂਪ 5 ਮਿੰਟ 'ਚ ਮਿਲ ਜਾਣੇ ਤੇ, ਉਹ ਰੂਪ ਮਿਲਿਆ ਹਲੇਮੀ ਦਾ, ਲੜਾਈ ਥਾਈਓਂ ਥੰਮ ਗਈ। ਉਹ ਰੂਪ ਮਿਲ ਜਾਣਾ ਤਾਂ ਭਿਆਨਕ, ਘਰ 'ਚ ਕਾਟੋ ਕਲੇਸ਼ ਸ਼ੁਰੂ ਹੋ ਜਾਣਾ ਤਾਂ ਭਾਂਡੇ ਫੁੱਟਣੇ ਤੇ ਬੁਰੇ ਹਾਲ ਬਣ ਕੇ ਦਿਹਾੜੇ, ਠੀਕ ਹੈ ਜੀ। ਮੈਂ ਸੋ ਹੀ ਗੱਲਾਂ ਕਹਿਣੀ ਹੈ ਬਈ ਜਿੱਕਣੋ ਮੀਆਂ ਬੀਬੀ ਇੱਕ ਦੂਏ ਮੂਹਰੇ ਝੁਕੇ ਹੈ, ਹਰੇਕ ਭੈਣ ਭਾਈ ਨੂੰ ਕੋਈ ਬੜੀ ਗੱਲ ਹੀ, ਨਾ ਆਦਮੀ ਛੋਟਾ ਹੁੰਦਾ ਨਾ ਜਨਾਨੀ ਛੋਟੀ ਹੁੰਦੀ ਹੈ, ਜੇ ਗਲਤੀ ਹੋ ਗਈ ਤਾਂ ਇੱਕ ਦੂਏ ਮੂਹਰੇ ਝੁਕ ਜਿਆ ਕਰੋ, ਗਲਤੀ ਹੋ ਗਈ ਤਾਂ ਹੋ ਗਈ। ਸਾਡੇ ਕੋਈ ਗੋਲੀ ਤਾਂ ਨਹੀਂ ਮਾਰ ਲੱਗਿਆ, ਨਾ ਆਦਮੀ ਤੀਵੀਂ ਨੂੰ ਮਾਰ ਲੱਗਿਆ, ਨਾ ਤੀਵੀਂ ਆਦਮੀ ਨੂੰ ਮਾਰ ਲੱਗੀ ਹੈ, ਸਾਡੇ ਦੋ ਬੋਲਾਂ ਨਾਲ ਘਰ ਦਾ ਕਲੇਸ਼ ਮਿਟ ਜਾਂਦਾ ਹੈ, ਠੀਕ ਹੈ ਜੀ। ਸੋ ਹੀ ਗੱਲਾਂ ਨੇ ਬਈ, ਮੈਂ ਇਹ ਕਹੂੰਗੀ, ਮੈਂ ਮਾਤਾ ਨੂੰ ਵੀ ਉਹਨੂੰ ਕਹਿੰਦੀ ਹਾਂ ਜਿਹਨੇ ਮੈਨੂੰ ਮੈਸੇਜ ਕੀਤਾ, ਬਈ ਮਾਤਾ ਤੂੰ ਬੈਠ ਕੇ, ਮੈਂ ਤਾਂ ਕਹਿੰਦੀ ਹਾਂ ਵੀ ਹੱਲ ਕੱਢ ਦੇ ਇੱਕ ਦਿਨ ਆਪਣੇ ਨੂੰਹ ਪੁੱਤ ਦੀ ਲੜਾਈ ਦਾ, ਕਿਉਂਕਿ ਤੁਸੀਂ ਵਿਚਾਲੇ ਹੋ, ਤੁਸੀਂ ਸਮਝਦਾਰ ਹੋ, ਤੁਸੀਂ ਬਜ਼ੁਰਗ ਅਵਸਥਾ 'ਚੋਂ, ਤੁਹਾਨੂੰ ਪਤਾ ਹੈ ਵੀ ਦੋਹਾਂ 'ਚੋਂ ਕਿਹੜਾ ਗਲਤ ਹੈ। ਨੂੰਹ ਦੀ ਮੇਰ ਨਾ ਕਰਿਓ, ਪੁੱਤ ਦੀ ਮੇਰ ਨਾ ਕਰਿਓ, ਜਿਹਦੀ ਜਿਹਨੂੰ ਹੈਗੀ ਆ ਉਹਨੂੰ ਕਹਿ ਦਿਓ, ਠੀਕ ਹੈ। ਮੈਂ ਸਪੈਸ਼ਲੀ ਤੁਹਾਡੀਆਂ, ਤੁਹਾਡਾ ਮੈਸੇਜ ਆਉਣ ਕਰਕੇ ਇਹ ਦੋ ਗੱਲਾਂ ਮੈਂ ਵੀਡੀਓ 'ਚ ਪਾਈਆਂ ਨੇ, ਠੀਕ ਹੈ ਜੀ। ਬਈ ਮੈਂ ਕਿਹਾ ਮਾਤਾ ਨੇ ਰਿਕੁਐਸਟ ਕੀਤੀ ਆ, ਮੈਂ ਜ਼ਰੂਰ ਇਹ ਤੁਹਾਨੂੰ ਇਤਫਾਕ ਘਰ 'ਚ ਰੱਖਣ ਵਾਲੀ ਕਹਾਣੀ ਜ਼ਰੂਰ ਸੁਣਾਊਂਗੀ। ਸੋ ਹੀ ਗੱਲਾਂ, ਜੇ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਈ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਠੀਕ ਹੈ ਜੀ। ਮੈਂ ਫਿਰ ਸਭ ਨੂੰ ਕਹਿੰਦੀ ਹਾਂ, ਮੇਰੀ ਯੂਟਿਊਬ ਫੈਮਿਲੀ, ਮੇਰੀ ਫੇਸਬੁੱਕ ਫੈਮਿਲੀ, ਮੇਰੀ ਇੰਸਟਾਗ੍ਰਾਮ ਫੈਮਿਲੀ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਠੀਕ ਹੈ ਜੀ। ਚਲੋ ਠੀਕ ਹੈ ਜੀ, ਬੋਲਦਿਆਂ ਕੋਲੋਂ ਫਿਰ ਵੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ਼ ਕਰਿਓ।
ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਹੁਣ ਮੈਂ ਰੋਟੀ ਲਾ ਲਾਂ।